ਬਹੁਤ ਬਹੁਤ ਧੰਨਵਾਦ ਜੀ, ਬੜਾ ਉਤਸ਼ਾਹ ਸਾਡੀ ਪਾਰਟੀ ਦੇ ਵਿੱਚ ਜਿੱਤਾਂਗੇ, ਬਹੁਤ ਮਰਜ਼ੀ ਜਿੱਤਾਂਗੇ, ਛੱਡੂ ਖਾਓ ਮੂੰਹ ਮਿੱਠਾ ਕਰੋ, ਪਹਿਲਾਂ ਬਾਕੀ ਹੋਈ ਆ, ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ, ਸਾਡੇ ਬੀਬੀਆਂ ਭੈਣਾਂ ਦਾ ਬਹੁਤ ਧੰਨਵਾਦ, ਬੜਾ ਉਤਸ਼ਾਹ ਸਾਡੀ ਪਾਰਟੀ ਬਹੁਤ ਉਤਸ਼ਾਹ ਹੈ ਜੀ। ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਭਗਵੰਤ ਮਾਨ ਭਗਵੰਤ ਮਾਨ ਪੰਜਾਬ ਸਰਕਾਰ ਡਾਕਟਰ ਰਾਜ ਐਮਪੀ ਰਾਜ ਸਾਨੂੰ ਮਿਲਣੀ ਚਾਹੀਦੀ ਆ। ਸੋ ਇੱਕ ਇਹ ਆ ਵੀ ਇਹਨਾਂ ਦੇ ਜਿਹੜੇ ਕੰਮ ਕੀਤੇ ਨਾ, ਡਾਕਟਰ ਸ਼ਾਂਗ ਸ਼ੁਰੂ ਤੋਂ ਆਪਣੇ ਡੈਡੀ ਦੇ ਨਾਲ ਰਹੇ ਆ, ਕਿਤੇ ਇਹਨਾਂ ਦਾ ਤਜਰਬਾ ਹੋ ਗਿਆ ਕੰਮ ਕਰਨ ਦਾ, ਔਰ ਜਿਹੜੇ ਇਹਨਾਂ ਨੇ ਵਾਅਦੇ ਕਰ ਦਿੱਤੇ ਆ, ਐਮ ਪੀ ਸਾਡਾ ਮੈਂਬਰ ਪਾਰਲੀਮੈਂਟ ਸਰਕਾਰ ਸਾਡੀ ਆ, ਇੰਡਸਟਰੀ ਵੀ ਆਊਗੀ, ਜਿਹੜੇ ਪਿੰਡਾਂ ਦਾ ਵੀ ਕੰਮ ਵਿਕਾਸ ਹੋਣ ਵਾਲਾ ਰਹਿੰਦਾ ਉਹ ਵੀ ਹੋਣਗੇ, ਜਿਹੜੀਆਂ ਸੜਕਾਂ ਦਾ ਕੰਮ ਰਹਿੰਦਾ ਉਹ ਵੀ ਪੱਕੀਆਂ ਹੋਣਗੀਆਂ, ਕਿਉਂਕਿ ਡਾਕਟਰ ਸ਼ਾਂਗ ਜੀ ਬਹੁਤ ਸੁਲਝੇ ਹੋਏ। ਇੱਕ ਚੀਜ਼ ਮੈਂ ਸਮਝ ਨਹੀਂ ਚਾਹੁੰਦਾ ਜੀ, ਜਦੋਂ ਰਾਜਕੁਮਾਰ ਚੱਬੇਵਾਲ ਨੇ ਇਸ ਹਲਕੇ ਦੀ ਦੇਖਿਆ ਜੀ, ਬਹੁਤ ਵਧੀਆ ਤਰੀਕੇ ਨਾਲ ਅੱਗੇ ਵਧੇਗਾ, ਇੱਕਦਮ ਜਵਾਨ ਬੱਚਾ ਜੰਗ ਹੈਗਾ, ਪੜ੍ਹਿਆ ਲਿਖਿਆ ਹੈਗਾ ਔਰ ਦਿਮਾਗ ਬੜਾ ਹੈਗਾ, ਤਾਂ ਸਾਨੂੰ ਇੱਥੋਂ ਪਤਾ ਲੱਗਦਾ ਵੀ ਜਿਹੜਾ ਸਾਡਾ ਐੱਮ ਐੱਲ ਏ ਆ ਉਹਨਾਂ ਵਾਲਾ ਐੱਮ ਐੱਲ ਏ ਸਾਡੇ ਬਣ ਗਿਆ ਡਾਕਟਰ ਸ਼ਾਂਗ ਕੁਮਾਰ ਜੀ, ਇਹਨਾਂ ਦਾ ਬਹੁਤ ਵਧੀਆ ਤਰੀਕੇ ਨਾਲ ਆਪਣੇ ਹਲਕੇ ਦਾ ਵਿਕਾਸ ਕਰਨਗੇ, ਇਹਨਾਂ ਦਾ ਤਜਰਬਾ ਹੋ ਗਿਆ ਕਿ ਮੇਰੇ ਪਾਪਾ ਦਾ ਕੀ ਕਰਦੇ ਮੈਂ ਕੀ ਕਰਨ ਲਿਆ, ਉਹਨਾਂ ਨੂੰ ਦੇਖ ਕੇ ਸਿੱਖ ਗਏ ਨੇ, ਔਰ ਇਹਨਾਂ ਨੂੰ ਸਾਰਾ ਪਤਾ ਕਿ ਹਰ ਪਿੰਡ ਵਿੱਚ ਕਿਹੜੀ ਸਮੱਸਿਆ, ਕਿਉਂਕਿ ਪਿੰਡ ਪਿੰਡ ਵਿੱਚ ਜਾਂਦੇ ਨੇ, ਇਹ ਦੁੱਖ ਵਿੱਚ ਸੁੱਖ ਵਿੱਚ, ਇਹੀ ਜਿਹੜਾ ਡਾਕਟਰ ਸ਼ਾਂਗ ਜੀ ਆ ਇਹ ਵੀ ਇਸੇ ਤਰੀਕੇ ਨਾਲ ਜਾਂਦੇ ਨੇ ਹਰ ਪਿੰਡ ਦੇ ਵਿੱਚ, ਹੁਣ ਪਹਿਲਾਂ ਆਪਣੇ ਪਾਪਾ ਨਾਲ ਜਾਂਦੇ ਸੀ, ਹੁਣ ਇਕੱਲੇ ਜਾਂਦੇ ਆ ਕਿਉਂਕਿ ਐੱਮ ਐੱਲ ਏ ਬਣ ਗਏ, ਹੁਣ ਇੰਨੀ ਕਿੱਲੇ ਜਾਣਾ, ਜਿਹੜੀ ਬਾਂਗ ਡੋਰ ਆ ਉਹਨੇ ਸੰਭਾਲ ਲੈਣੀ ਐੱਮ ਐੱਲ ਏ ਦੀ। ਚੱਬੇਵਾਲ ਦੇ ਤੁਸੀਂ ਹੈਗੀ ਹੈ ਚੱਬੇਵਾਲ ਹਲਕੇ ਨੂੰ ਇੱਦਾਂ ਜਿਹੜਾ ਇੰਡਸਟਰੀ ਬਾਰੇ ਗੱਲ ਕੀਤੀ ਆ, ਇਹ ਤਾਂ ਪੱਕੀ ਆ ਨਾ ਕਿ ਸਾਡੇ ਬੱਚੇ ਪੜ੍ਹੇ ਲਿਖੇ ਹੋਣਗੇ, ਬਾਹਰ ਜਾਂਦੇ ਨੇ ਵਿਦੇਸ਼ਾਂ ਵਿੱਚ ਪੈਸਾ ਆਪਾਂ ਕੋਲ ਪੈਸਾ ਲੈ ਕੇ ਜਾਂਦੇ ਆ, ਉਹਨਾਂ ਨੂੰ ਇੱਥੇ ਰੁਜ਼ਗਾਰ ਮਿਲੂਗਾ, ਠੀਕ ਹੈ ਜੀ। ਇਸ ਕਰਕੇ ਉਹ ਸਾਰਾ ਜਿਹੜਾ ਇਹਨਾਂ ਦਾ ਹੈਗਾ ਇਹ ਡਾਕਟਰ ਸ਼ਾਂਗ ਜੀ ਦਾ, ਪੂਰੀ ਤਰ੍ਹਾਂ ਕੰਮ ਕਰਨਗੇ ਔਰ ਵੱਧ ਤੋਂ ਵੱਧ ਲੋਕਾਂ ਨੂੰ ਵੋਟਾਂ ਦਾ ਜਿੱਤਣਗੇ, ਸਾਰੇ ਲੋਕ ਇਹਨਾਂ ਨੂੰ ਚਾਹੁੰਦੇ ਵੀ ਆ ਪਾਰਟੀ ਤੋਂ ਉੱਪਰ ਉੱਠ ਗਏ, ਕਿਉਂਕਿ ਇਹਨਾਂ ਦਾ ਪਿਆਰ ਹੈ ਪਾਰਟੀ ਤੋਂ ਉੱਪਰ ਉੱਠ ਕੇ, ਇਹ ਕੰਮ ਕਰ ਰਹੇ ਆ। ਲੀਡ ਤਾਂ ਇੱਦਾਂ ਲੱਗਦਾ ਕਿ ਅਸੀਂ ਘੱਟੋ ਘੱਟ 50% ਦੇ ਜਿੱਤਾਂਗੇ, 50,000 ਦੀ ਲੀਡ ਦੇ ਨਾਲ ਆਪਾਂ ਜਿੱਤ ਹਾਸਲ ਕਰਾਂਗੇ, ਕਿਉਂਕਿ ਚੱਬੇਵਾਲ ਹਲਕੇ ਦੇ ਲੋਕਾਂ ਨੇ ਬਹੁਤ ਵੱਡਾ ਫੈਸਲਾ ਕੀਤਾ ਸੀਗਾ ਕਿ ਡਾਕਟਰ ਇਸ਼ਾਂਕ ਕੁਮਾਰ ਨੂੰ ਅਸੀਂ ਭਾਰੀ ਬਹੁਮਤ ਦੇ ਨਾਲ ਜਿਤਾਉਣਾ, ਕਿਉਂਕਿ ਪਹਿਲਾਂ ਡਾਕਟਰ ਰਾਜ ਕੁਮਾਰ ਨੂੰ ਵੀ ਬਹੁਤ ਭਾਰੀ ਬਹੁਮਤ ਦੇ ਨਾਲ ਇੱਥੋਂ ਜਿਤਾਇਆ ਸੀ, ਹੁਣ ਇਹ ਉਹਨਾਂ ਨਾਲ ਵੀ ਡਬਲ ਤੋਂ ਡਬਲ ਮਾਧਿਅਮ ਦੇ ਨਾਲ ਜਿੱਤਣਗੇ, ਔਰ ਮੈਂ ਇਹ ਸੋਚਦਾ ਕਿ ਜਿਹੜੀ ਕਾਂਗਰਸ ਦੀ ਇਸ ਵੇਲੇ ਇੱਥੇ ਜਮਾਨਤ ਵੀ ਜਬਤ ਹੋਊਗੀ ਔਰ ਠੰਡਲ ਦਾ ਜਾ ਹੀ ਬਹੁਤ ਦੌੜ ਜਾ ਰਿਹਾ ਹੈਗਾ, ਅਤੇ ਸਾਰਿਆਂ ਨੇ ਮੈਂ ਕੁਲਵਿੰਦਰ ਸਿੰਘ ਰਸੂਲਪੁਰ, ਮੈਂ ਪਹਿਲਾਂ ਹਲਕਾ ਇੰਚਾਰਜ ਸੀ ਚੱਬੇਵਾਲ ਤੋਂ ਕਾਂਗਰਸ ਪਾਰਟੀ ਦਾ, ਮੈਂ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਆਇਆ ਸਾਂ, ਮੈਂ ਉਹਦੇ ਨੇ ਇਹ ਗੱਲ ਕਹੀ ਸੀ ਕਿ ਕਾਂਗਰਸ ਦੀ ਆਪਾਂ ਜਮਾਨਤ ਵੀ ਜਬਤ ਕਰਾਵਾਂਗੇ ਔਰ ਅਸੀਂ ਭਾਰੀ ਬਹੁਮਤ ਦੇ ਨਾਲ ਇੱਥੋਂ ਜਿੱਤਾਂਗੇ।
ਕੀ ਕਹੋਗੇ ਇਹਦੇ ਬਾਰੇ? ਅਸੀਂ ਤਾਂ ਪਹਿਲੇ ਵੀ ਇਹੀ ਕਹਿੰਦੇ ਪਏ ਸੀ ਕਿ ਇੱਕ ਮੁਕਾਬਲਾ ਨਹੀਂ ਸਾਡੇ ਕਿਸੇ ਦੇ ਨਾਲ, ਕੰਮਾਂ ਦੀ ਬੇਸੀ ਤੇ ਵੋਟ ਪਈ ਹੈ। ਡਾਕਟਰ ਰਾਜ ਨੇ ਕੰਮ ਵੀ ਬਹੁਤ ਕਰਵਾਏ ਸੀ, ਜਿਹਦਾ ਜਿੰਨੀ ਚੋਣਾਂ 'ਚ ਤਾਂ ਜਿੱਤ ਤੈਅ ਸੀ। ਹੈਲੋ ਜੀ, ਗੋਆ ਤੋਂ ਬਹੁਤ ਬਹੁਤ ਥੈਂਕ ਯੂ।